You are watching Channel Y. Channel Y, a South Asian Canadian channel. ਪੰਜਾਬ ਦੇ 13,000 ਪਿੰਡਾਂ ਚੋਂ ਆਵਾਜ਼ ਆ ਰਹੀ ਸੀ, ਬੱਚੇ-ਬੱਚੇ ਚੋਂ ਆਵਾਜ਼ ਆ ਰਹੀ ਸੀ ਕਿ ਬਿਕਰਮ ਮਜੀਠੀਆ ਜਿਹੜਾ ਹੈ ਉਹ ਇੰਟਰਨੈਸ਼ਨਲ ਡਰੱਗ ਕਾਰਟਲ ਦੇ ਨਾਲ ਇਨਵੋਲਵਡ ਹੈ। ਔਰ ਉਹਦੀਆਂ ਵੀ ਬਹੁਤ ਪੁਖਤਾ ਸਬੂਤ, ਕਿਉਂਕਿ ਜਿਹੜਾ ਸਤਪ੍ਰੀਤ ਏਲੀਅਸ ਸੱਤਾ ਅਤੇ ਪਿੰਦੀ ਜਿਹੜੇ ਕੈਨੇਡਾ ਤੋਂ ਆਉਂਦੇ ਸੀਗੇ, ਉਹ ਬਿਕਰਮ ਮਜੀਠੀਆ ਦੇ ਅੰਮ੍ਰਿਤਸਰ ਗ੍ਰੀਨ ਐਵਨਿਊ ਕੋਠੀ ਵਿੱਚ ਠਹਿਰਦੇ ਸੀਗੇ, ਇਹਨਾਂ ਦੀ ਲਾਲ ਬੱਤੀ ਗੱਡੀਆਂ ਵਿੱਚ ਘੁੰਮਦੇ ਸੀਗੇ, ਉਹਨਾਂ ਦੇ ਨਾਲ ਸਿਕਿਉਰਿਟੀ ਗਨਮੈਨ ਲੈ ਕੇ ਉਹ ਸਾਰਾ ਜਾਂਦੇ ਸੀਗੇ। ਸ਼ਾਦੀ ਬਿਕਰਮਜੀਤ ਸਿੰਘ ਮਜੀਠੀਆ ਦੀ ਬਤੌਰ ਮਿਨਿਸਟਰ ਉਹਨਾਂ ਇੰਟਰਨੈਸ਼ਨਲ ਡਰੱਗ ਕਾਰਟਲ ਜਿਹਨਾਂ ਦੇ ਨਾਮ ਹੁਣ ਪੰਜਾਬ ਸਰਕਾਰ ਐਕਸਟ੍ਰੈਡੀਸ਼ਨ ਵਾਸਤੇ ਮੰਗ ਰਹੀ ਆ, ਉਹ ਸਾਰੇ ਬਿਕਰਮਜੀਤ ਦੇ ਨਾਲ ਕਨੈਕਟਡ ਸੀਗੇ, ਬਿਕਰਮ ਮਜੀਠ ਸਿੰਘ ਨਾਲ। ਸੋ ਇੱਕ ਪੰਜਾਬ ਦੇ ਵਿੱਚ ਬਰਨਿੰਗ ਇਸ਼ੂ ਬਣਿਆ ਪੰਜਾਬ ਦੀ ਇਲੈਕਸ਼ਨ ਨੂੰ, ਜਿੱਥੇ ਕਿਸਾਨਾਂ ਦੀ ਆਤਮ ਹੱਤਿਆਵਾਂ, ਬੇਰੁਜ਼ਗਾਰੀ, ਅਕਾਲੀਆਂ ਵੱਲੋਂ ਦੱਬ ਕੇ ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ, ਉਹਦੇ ਨਾਲ ਡਰੱਗਸ ਬਹੁਤ ਵੱਡਾ ਇਸ਼ੂ ਬਣਿਆ ਸੀ। ਔਰ ਅਰਵਿੰਦ ਕੇਜਰੀਵਾਲ ਨੇ ਉਸ ਵਕਤ ਸਭ ਤੋਂ ਮੂਹਰੇ ਫਰੰਟ ਲਾਈਨ 'ਚ ਆਣ ਕੇ ਬਿਕਰਮ ਮਜੀਠੀਆ ਦੇ ਖਿਲਾਫ ਬਹੁਤ ਸੰਗੀਨ ਇਲਜ਼ਾਮ ਲਾਏ, ਔਰ ਉਸ ਇਲਜ਼ਾਮਾਂ ਤੋਂ ਬਾਅਦ ਬਿਕਰਮ ਮਜੀਠੀਆ ਨੇ ਰਿਟੋਰਟ ਕਰਦਿਆਂ ਡੈਫਾਮੇਸ਼ਨ ਕੇਸ ਫਾਈਲ ਕੀਤਾ ਉਹਨਾਂ ਦੇ ਖਿਲਾਫ। ਔਰ ਜਿਹੜੀ ਗੱਲ ਹੁਣ ਮੈਂ ਇੰਪੋਰਟੈਂਟ ਕਹਿਣਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਨੂੰ ਡਿਫੈਂਡ ਕਰਨ ਵਾਸਤੇ ਪੰਜਾਬ ਦੇ ਹਜ਼ਾਰਾਂ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਸਮੇਤ MLA ਉਸ ਵਕਤ ਦੇ ਸਾਡੇ ਕੈਂਡੀਡੇਟਸ ਉਹ ਮੈਦਾਨ ਵਿੱਚ ਕੁੱਦ ਗਏ। ਸਾਰੇ ਪੰਜਾਬ ਦੇ 13,000 ਪਿੰਡਾਂ ਦੇ ਵਿੱਚ ਵੱਡੇ ਵੱਡੇ ਬੋਰਡ ਲੱਗ ਗਏ, ਵੱਡੇ ਵੱਡੇ ਬੋਰਡ ਲੱਗ ਗਏ ਕਿ ਮੈਂ ਇੱਕ ਵਾਰ ਨਹੀਂ, ਮੈਂ ਹਜ਼ਾਰ ਵਾਰ ਕਹਿੰਦਾ ਵਾਂ ਕਿ ਬਿਕਰਮ ਮਜੀਠੀਆ ਡਰੱਗ ਮਾਫੀਆ ਦਾ ਸਰਗਨਾ ਹੈ ਔਰ ਉਹਦੇ ਖਿਲਾਫ CBI ਦੀ ਜਾਂਚ ਹੋਣੀ ਚਾਹੀਦੀ ਹੈ। ਉਸ ਵਾਲੰਟੀਅਰ ਦੀ ਫੋਟੋ, ਉਸ ਵਾਲੰਟੀਅਰ ਦਾ ਟੈਲੀਫੋਨ ਨੰਬਰ, ਭਾਵ ਕਿ ਪੰਜਾਬ ਦੇ ਹਜ਼ਾਰਾਂ ਵਾਲੰਟੀਅਰਸ ਨੂੰ ਸਾਡੇ ਪ੍ਰੈਜ਼ੀਡੈਂਟ ਨੇ ਇੱਥੋਂ ਦੀ ਤਾਕਤਵਰ ਪੋਲੀਟੀਕਲ ਜਿਹੜੀਆਂ ਫਿਊਡਲ ਫੈਮਿਲੀਜ਼ ਨੇ ਉਹਨਾਂ ਦੇ ਸਾਹਮਣੇ ਨੰਗਾ ਕਰ ਦਿੱਤਾ ਕਿ ਆਹ ਆਦਮੀ ਨੇ ਜਿਹੜੇ ਤੁਹਾਡੇ ਖੜੇ ਖਿਲਾਫ ਖੜੇ ਨੇ। ਔਰ ਉਸ ਤੋਂ ਬਾਅਦ ਸਰਕਾਰ ਬਦਲੀ, ਸਰਕਾਰ ਬਦਲਣ ਤੋਂ ਬਾਅਦ ਵੀ ਕੱਲ੍ਹ STF ਜਿਹੜੀ ਕਿ ਰਿਪੋਰਟ ਕਰ ਰਹੀ ਹੈ ਟੂ ਦੇ ਹਾਈ ਕੋਰਟ ਇਨ ਦਾ ਡਰੱਗਸ ਮੈਟਰ, ਉਹਨਾਂ ਨੇ ਜਾ ਕੇ ਫਿਰ ਦੁਬਾਰਾ ਜਾ ਕੇ ਉੱਥੇ ਇਹ ਗੱਲ ਰੀਇਟਰੇਟ ਕੀਤੀ ਆ ਕਿ ਸਾਡੇ ਕੋਲ ਪੁਖਤਾ ਸਬੂਤ ਨੇ ਬਿਕਰਮ ਮਜੀਠੀਆ ਦੀ ਇਨਵੋਲਵਮੈਂਟ ਦੇ, ਇੰਕਲੂਡਿੰਗ ਦੀ ED ਵਿਚ ਕਾਲ ਫਾਰ ਏ ਪ੍ਰੋਪਰ ਇਨਕੁਆਇਰੀ ਇਨ ਟੂ ਦਾ ਹੋਲ ਡਰੱਗ ਕਾਰਟਲ ਇਸ਼ੂ। ਇਹਨਾਂ ਹਾਲਾਤਾਂ 'ਚ ਅਰਵਿੰਦ ਕੇਜਰੀਵਾਲ ਦੀ ਜਿਹੜੀ ਅਪੋਲੋਜੀ ਸੀਗੀ ਉਹ ਬਹੁਤ ਦੁੱਖਦਾਈ, ਬਹੁਤ ਮੰਦਭਾਗੀ। ਉਹਦੇ 'ਚ ਇਹ ਲੱਗਿਆ ਵਾ ਜਿੱਦਾਂ ਸਾਡੇ ਵੱਡੇ ਲੀਡਰ ਨੇ ਜਿੱਦਾਂ ਇੱਕ ਕਮਜ਼ੋਰੀ, ਮਾਨਸਿਕ ਕਮਜ਼ੋਰੀ ਦਿਖਾਉਂਦੇ ਹੋਇਆਂ ਸਰੈਂਡਰ ਕਰ ਦਿੱਤਾ ਵਾ। ਔਰ ਸਾਡੇ 'ਤੇ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਸ਼ਾਇਦ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਦੀ ਅਕਾਲੀ ਦਲ ਦੇ ਨਾਲ ਅੰਡਰਸਟੈਂਡਿੰਗ ਤਾਂ ਨਹੀਂ ਹੋਗੀ। ਇਸ ਇਸ਼ੂ ਦੇ ਉੱਤੇ ਜਿੰਨੇ ਵੀ ਤੁਸੀਂ ਅੱਜ MLA ਸਾਡੇ ਦੇਖ ਰਹੇ ਹੋ, ਉਹਨਾਂ ਦੀ ਇੱਕ ਰਾਏ ਸੀ, ਸਭ ਨੇ ਉਸ ਅਪੋਲੋਜੀ ਨੂੰ ਕੰਡੈਮ ਕੀਤਾ, ਕਿਉਂਕਿ ਸਾਡੇ ਨਾਲ ਕਿਸੇ ਨਾਲ ਵਿਚਾਰ ਚਰਚਾ ਨਹੀਂ ਕੀਤੀ ਗਈ, ਕਦੀ ਡਿਸਕਸ ਨਹੀਂ ਕੀਤਾ ਗਿਆ। ਦੋ ਦਿਨ ਪਹਿਲਾਂ ਹੀ, ਬਲਕਿ ਅਪੋਲੋਜੀ ਤੋਂ ਇੱਕ ਦਿਨ ਪਹਿਲਾਂ, ਮੈਂ ਤਾਂ ਦਿੱਲੀ ਜਾ ਨਹੀਂ ਸਕਿਆ, ਲੇਕਿਨ ਮਨੀਸ਼ ਸਿਸੋਡੀਆ ਦੇ ਨੇ ਮੀਟਿੰਗ ਲਈ ਜਿਹਦੇ 'ਚ ਭਗਵੰਤ ਮਾਨ ਅਤੇ ਅਮਨ ਅਰੋੜਾ ਜੀ ਉੱਥੇ ਮੀਟਿੰਗ ਵਿੱਚ ਸ਼ਾਮਿਲ ਸੀ, ਇਹਨਾਂ ਦੇ ਕਹਿਣ ਅਨੁਸਾਰ ਇਹਨਾਂ ਨੂੰ ਵੀ ਕੌਨਫੀਡੈਂਸ ਨਹੀਂ ਲਿਆ ਗਿਆ ਕਿ ਅਸੀਂ ਜਿਹੜੀ ਅਪੋਲੋਜੀ ਆ ਉਸਦਾ ਐਲਾਨ ਕਰਨ ਜਾ ਰਹੇ ਹਾਂ। ਇਹਦੇ ਉੱਤੇ ਸਾਰੀ ਪਾਰਟੀ ਦਾ, ਸਾਰੇ ਮੈਨੂੰ ਬਹੁਤ ਸਾਰੇ ਸੈਂਕੜੇ ਮੈਸੇਜਿਸ ਵਟਸਐਪ ਦੇ ਵਿੱਚ, ਪੰਜਾਬ ਦੇ ਜ਼ਮੀਨ ਦੇ ਵਾਲੰਟੀਅਰਸ ਤੋਂ ਜਿਹੜੇ ਮੈਸੇਜਿਸ ਆ ਰਹੇ ਨੇ, ਮੈਂ ਉਹਨਾਂ ਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਵਾਂ ਕਿ ਅਸੀਂ ਜੋ ਵੀ ਫੈਸਲਾ ਲਵਾਂਗੇ ਅਸੀਂ ਪੰਜਾਬ ਦੇ ਹਿੱਤ ਵਿੱਚ ਲਵਾਂਗੇ। ਅਸੀਂ ਪੰਜਾਬ, ਜੋ ਸਾਡਾ ਸੂਬਾ ਵਾ, ਜੋ ਅੱਜ ਪੰਜਾਬ ਬਲ ਰਿਹਾ ਵਾ, ਜੋ ਅੱਜ ਪੰਜਾਬ ਭੱਠੀ ਵਿੱਚ ਝੋਕਤਾ ਇਹਨਾਂ ਅਖੌਤੀ ਅਕਾਲੀਆਂ ਅਤੇ ਕਾਂਗਰਸੀਆਂ ਨੇ, ਅਸੀਂ ਤੁਹਾਡਾ ਸਾਥ ਦਿਆਂਗੇ, ਅਸੀਂ ਪੰਜਾਬ ਦੇ ਲੋਕਾਂ ਦਾ ਸਾਥ ਦਿਆਂਗੇ। ਸਾਨੂੰ ਇਸ ਤੋਂ ਉੱਤੇ ਕੋਈ ਚੀਜ਼, ਚਾਹੇ ਕੋਈ ਅਹੁਦਾ, ਚਾਹੇ ਕੋਈ ਆਗੂ, ਚਾਹੇ ਕੋਈ ਹੋਰ ਇਸ ਤਰ੍ਹਾਂ ਦਾ ਆਫਿਸ, ਨਥਿੰਗ ਮੈਟਰਸ ਮੋਰ ਦੈਨ ਟੂ ਸਟੈਂਡ ਕਮਿਟਡਲੀ ਟੂ ਦਾ ਇੰਟਰਸਟ ਆਫ ਦਾ ਸਟੇਟ ਆਫ ਪੰਜਾਬ। Download Y Media TV app today to enjoy live TV, that is Channel Y. You are watching Channel Y. Channel Y,
a South Asian Canadian channel.